ਸਤਿ ਸ੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਅੱਜ ਤੁਹਾਨੂੰ ਅਸੀਂ ਮਿਲਾਉਣੇ ਹਾਂ ਇੱਕ ਹੋਰ ਸਮਾਜ ਸੇਵੀ ਸ਼ਖਸੀਅਤ, ਜਿਹਦਾ ਸਮਾਜ ਸੇਵਾ ਦੇ ਖੇਤਰ 'ਚ ਵਡਮੁੱਲਾ ਅਤੇ ਵਿਲੱਖਣ ਯੋਗਦਾਨ ਹੈ। ਮੈਂ ਤੁਹਾਡੇ ਰੂਬਰੂ ਕਰਾਂ, ਉਸ ਤੋਂ ਪਹਿਲਾਂ ਰਸਮੀ ਤੌਰ 'ਤੇ ਆਪਾਂ ਕਹੀਏ, ਸਰਦਾਰ ਗੁਰਦੀਪ ਸਿੰਘ ਜੀ, ਤੁਹਾਡਾ ਸਟੂਡੀਓ 'ਚ ਆਉਣ 'ਤੇ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਰਦਾਰ, ਹਾਂ ਕਰੋ, ਚੈਨਲ ਦਾ ਅਤੇ ਮਹਿੰਦੀ ਰੱਤਾ ਜੀ ਦਾ ਬਹੁਤ ਬਹੁਤ ਧੰਨਵਾਦ, ਮੈਂ ਤੁਹਾਡੇ ਰੂਬਰੂ ਹੋ ਰਿਹਾ ਹਾਂ। ਸਰਦਾਰ ਗੁਰਦੀਪ ਸਿੰਘ ਜੀ ਬਾਰੇ ਮੈਂ ਦੱਸਦਿਆਂ, ਇਹ ਸੇਵਾ ਮੁਕਤ ਮੈਨੇਜਰ ਨੇ ਸਟੇਟ ਬੈਂਕ ਆਫ ਪਟਿਆਲਾ ਤੋਂ। ਗੁਰਦੀਪ ਸਿੰਘ ਜੀ, ਤੁਸੀਂ ਸੇਵਾ ਮੁਕਤ ਤੋਂ, ਸਟੇਟ ਬੈਂਕ ਆਫ ਪਟਿਆਲਾ ਤੋਂ ਕਿ SBI ਤੋਂ? ਮਹਿੰਦੀ ਰੱਤਾ ਜੀ, ਇਸ ਤਰ੍ਹਾਂ ਵੀ ਮੈਂ ਜੁਆਇਨਿੰਗ ਕੀਤੀ ਸੀ ਸਟੇਟ ਬੈਂਕ ਆਫ ਪਟਿਆਲਾ ਦੇ ਵਿੱਚ, ਅਤੇ ਲਗਭਗ ਮੇਰੀ 25 ਸਾਲ ਦੀ ਨੌਕਰੀ ਹੋ ਗਈ ਸੀ, ਅਤੇ ਉਸ ਤੋਂ ਬਾਅਦ ਸਰਕਾਰ ਨੇ ਫੈਸਲਾ ਕੀਤਾ ਕਿ ਬੈਂਕਾਂ ਦਾ ਮਰਜਰ ਹੋ ਗਿਆ ਅਤੇ ਸਾਡਾ ਬੈਂਕ SBI ਦੇ ਵਿੱਚ ਮਰਜ ਹੋ ਗਿਆ। ਸਟੇਟ ਬੈਂਕ ਆਫ ਪਟਿਆਲਾ SBI 'ਚ ਮਰਜ ਹੋ ਗਿਆ? ਹਾਂਜੀ, ਅਤੇ ਮੈਂ ਤਕਰੀਬਨ 1 ਮਹੀਨਾ SBI ਦੇ ਵਿੱਚ ਵੀ ਰਿਹਾ, ਅਤੇ 30 ਅਪ੍ਰੈਲ 2017 ਨੂੰ ਮਰਜਰ ਤੋਂ ਬਾਅਦ ਜਿਹੜੀ ਇਹਨਾਂ ਨੇ VRS ਕੱਢੀ ਸੀ, ਵਾਲੰਟੀਅਰ ਰਿਟਾਇਰਮੈਂਟ ਸਕੀਮ ਦਿੱਤੀ ਸੀ, ਜੇ ਕੋਈ ਜਾਣਾ ਚਾਹੁੰਦਾ ਤਾਂ ਚਲਾ ਜਾਵੇ, ਅਤੇ ਮੈਂ ਉਹਦੇ ਵਿੱਚ ਆਪਣੀ ਆਪਟ ਕਰਕੇ ਰਿਟਾਇਰ ਹੋ ਗਿਆ ਸੀ। ਇਹ ਸਾਂਝੀ ਗੱਲ ਕਰਨੀ ਉਹ ਜ਼ਰੂਰੀ ਸੀ ਗੁਰਦੀਪ ਸਿੰਘ ਜੀ, ਆਪਾਂ ਨੂੰ ਦੇਸ਼ ਵਿਦੇਸ਼ 'ਚ ਬੈਠੇ ਦਰਸ਼ਕ ਦੇਖ ਰਹੇ ਨੇ ਅਤੇ ਆਨੰਦ ਮਾਣਦੇ ਨੇ ਇਹੋ ਜਿਹੇ ਪ੍ਰੋਗਰਾਮ ਦਾ। ਕੱਲ੍ਹ ਨੂੰ ਕੋਈ ਜਾਣਦਾ ਹੋਵੇ, ਅਗਲਾ ਕਹਿੰਦਾ ਵੀ ਮਹਿੰਦੀ ਰੱਤਾ ਨੇ ਸਟੇਟ ਬੈਂਕ ਆਫ ਪਟਿਆਲਾ ਕਿਉਂ ਕਿਹਾ ਜਦੋਂ ਕਿ ਸਟੇਟ ਬੈਂਕ ਆਫ ਇੰਡੀਆ ਤੋਂ ਰਿਟਾਇਰ ਹੋਏ ਨੇ। ਹਾਂਜੀ, ਬਹੁਤ ਅੱਛਾ ਕੀਤਾ। ਹਾਂ, ਇਸ ਲਈ ਇਹ ਕਰਨਾ ਜ਼ਰੂਰੀ ਸੀ। ਚਲੋ ਆਪਾਂ ਅਗਲੀ ਗੱਲ ਵੱਲ ਆਈਏ। ਗੁਰਦੀਪ ਸਿੰਘ ਜੀ, ਜਿਹੜਾ ਸਮਾਜ ਸੇਵਾ ਦੇ ਖੇਤਰ 'ਚ ਤੁਹਾਡਾ ਯੋਗਦਾਨ ਹੈ ਕੋਟਕਪੂਰੇ ਇਲਾਕੇ ਦੇ ਵਿੱਚ, ਅਕਸਰ ਮੈਂ ਦੇਖਦਾ ਇੱਕ ਪੱਤਰਕਾਰ ਹੋਣ ਨਾਤੇ ਤੁਹਾਡੀਆਂ ਖਬਰਾਂ ਵੀ ਆਉਂਦੀਆਂ ਨੇ, ਲਾਉਂਦੇ ਆ, ਪੜ੍ਹਦੇ ਆ, ਤੁਹਾਡੀ ਰੁਚੀ ਕਿਵੇਂ ਬਣੀ ਇੱਧਰ ਸਮਾਜ ਸੇਵਾ ਦੇ ਖੇਤਰ? ਮਹਿੰਦੀ ਰੱਤਾ ਜੀ, ਇਹ ਮੇਰੀ ਰੁਚੀ ਸਾਡੇ ਜੁਆਇੰਟ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਮੇਰੇ ਦਾਦਾ ਦਾਦੀ ਜੀ, ਮੇਰੇ ਮਾਤਾ ਪਿਤਾ, ਉਹਨਾਂ ਤੋਂ ਮੈਨੂੰ ਝਟਕ ਲੱਗੀ। ਅਕਸਰ ਹੀ ਸਾਡੇ ਘਰ ਨੂੰ ਵੱਡਾ ਘਰ ਕਿਹਾ ਜਾਂਦਾ ਸੀ, ਕਿਉਂਕਿ ਸਾਡੇ ਦਾਦਾ ਜੀ ਵੱਡੇ ਭਰਾ ਸੀਗੇ ਸਾਰਿਆਂ 'ਚੋਂ, ਅਤੇ ਜੋ ਵੀ ਦੂਰੋਂ ਨੇੜਿਓਂ ਕੋਈ ਜਾਂ ਕਿਸੇ ਉਹਨਾਂ ਦੇ ਜਾਣਕਾਰੀ ਦੇ ਪਿੰਡਾਂ 'ਚੋਂ ਕੋਈ ਆਉਂਦਾ ਸੀ ਤਾਂ ਆਪਣੇ ਘਰ ਆ ਕੇ ਠਹਿਰਦਾ ਸੀ, ਅਤੇ ਉਹਨਾਂ ਨੂੰ ਦੇਖ ਕੇ ਉਹਨਾਂ ਨਾਲ ਸੇਵਾ ਭਾਵ ਕਰਦਿਆਂ ਨੂੰ ਮਨ 'ਚ ਐਂ ਰਹਿੰਦਾ ਸੀ ਵੀ ਆਪਾਂ ਵੀ ਇਸੇ ਤਰ੍ਹਾਂ ਹੀ ਆਪਦਾ ਹੱਥ ਸਫਲਾ ਕਰੀਏ, ਜੀਵਨ ਸਫਲਾ ਕਰੀਏ, ਵੀ ਕਿਸੇ ਨਾਲ ਰਲ ਮਿਲ ਕੇ ਉਹਦੀ ਸੇਵਾ ਕਰੀਏ, ਅਤੇ ਇਸ ਤਰ੍ਹਾਂ ਕਰਕੇ ਰਿਹਾ। ਉਸ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਦਾਣਾ ਪਾਣੀ ਜੋ ਹੈ ਏਅਰਫੋਰਸ ਦਾ ਲਿਖਿਆ ਗਿਆ ਜੀ। ਮੈਂ 1977 ਦੇ ਵਿੱਚ ਏਅਰਫੋਰਸ ਜੁਆਇਨ ਕਰ ਲਈ। ਅੱਛਾ, ਪਹਿਲਾਂ ਫੌਜ 'ਚ ਵੀ ਰਹਿੰਦੇ ਤੁਸੀਂ? ਹਾਂਜੀ, ਪਹਿਲਾਂ ਮੈਂ 15 ਸਾਲ ਦੀ ਸਰਵਿਸ ਏਅਰਫੋਰਸ ਵੀ ਕੀਤੀ ਹੈ 77 ਤੋਂ 92 ਤੀਕਰ, ਤਾਂ ਯਾਨੀ ਦੀ ਮੇਰਾ ਮਤਲਬ ਜਿਹੜਾ ਬੰਦਾ ਇੱਕ ਵਾਰੀ ਡਿਫੈਂਸ ਦੇ ਵਿੱਚ ਚਲਾ ਜਾਂਦਾ ਅਤੇ ਉਹਦੀ ਜਿਹੜੀ ਓਰੀਐਂਟੇਸ਼ਨ ਆ ਟੋਟਲੀ ਡਿਫਰੈਂਟ ਹੋ ਜਾਂਦੀ ਹੈ, ਸੇਵਾ ਭਾਵ ਵਾਲੀ ਉਹੀ ਹੋ ਜਾਂਦੀ, ਨਾਲੇ ਅਨੁਸ਼ਾਸਨਮਈ ਅਨੁਸ਼ਾਸਨਮਈ ਹੋ ਜਾਂਦੀ ਹੈ, ਪੰਕਚੁਅਲਿਟੀ, ਡਿਸਿਪਲਨ, ਸਾਰਾ ਕੁਛ ਉਹਦੇ ਵਿੱਚ ਗੁੰਦਿਆ ਜਾਂਦਾ ਜੀ। ਫੌਜ ਦੀ ਨੌਕਰੀ ਇਹੋ ਜੀ ਹੈ? ਫੌਜ ਦੀ ਨੌਕਰੀ ਕਰਕੇ। ਤੁਸੀਂ ਨਾ ਲੋਇਨ ਕਲੱਬ ਕੋਟਕਪੂਰਾ ਵਿਸ਼ਵਾਸ ਦੇ ਪ੍ਰਧਾਨ ਬਣੇ ਹੋ। ਹਾਂਜੀ, ਇੱਕ ਪੱਤਰਕਾਰ ਹੋਣ ਨਾਤੇ ਤੁਹਾਡੀ ਖਬਰ ਆਈ ਸੀ, ਅਤੇ ਉਹ ਬਣਨ ਤੋਂ ਬਾਅਦ ਤੁਸੀਂ ਕੀ ਮਹਿਸੂਸ ਕੀਤਾ? ਦੇਖੋ ਜੀ, ਇਸ ਤਰ੍ਹਾਂ ਵੀ ਇਹ ਜਿਹੜੀ ਸੰਸਥਾ ਸਾਡੀ ਹੈਗੀ ਹੈ, ਇਹ ਸਮਾਜ ਸੇਵੀ ਸੰਸਥਾ ਹੈ, ਵਰਲਡ ਦੀ ਸਭ ਤੋਂ ਵੱਡੀ ਨਨ ਪੋਲੀਟੀਕਲ ਸਰਵਿਸ ਔਰਗਨਾਈਜੇਸ਼ਨ ਹੈਗੀ ਹੈ, ਜਿਹਦਾ ਤਕਰੀਬਨ 200 ਦੇਸ਼ਾਂ ਦੇ ਵਿੱਚ ਪਸਾਰਾ ਹੋਇਆ ਹੈ, ਅਤੇ ਇਹ ਤਕਰੀਬਨ 103 ਸਾਲ ਤੋਂ ਚੱਲ ਰਹੀ ਹੈ, ਜਿਹਦੇ ਫਾਊਂਡਰ ਸਾਡੇ ਮੈਲਵਿਨ ਜੌਨ ਸੀਗੇ, ਜਿਨ੍ਹਾਂ ਨੇ 10 ਅਕਤੂਬਰ 1917 ਨੂੰ ਇਹਦੀ ਸੰਸਥਾਪਨਾ ਕੀਤੀ ਸੀ। ਅਤੇ ਇਸ ਦੀ ਮੇਰਾ ਮਤਲਬ ਰੁਤਬੇ ਦਾ ਤਾਂ ਮੈਂ ਨਹੀਂ ਜ਼ਿਆਦਾ ਸਮਝਦਾ ਕੋਈ ਫਰਕ ਹੁੰਦਾ, ਸੇਵਾ ਭਾਵਨਾ ਹੋਣੀ ਚਾਹੀਦੀ ਆ ਮਨ ਦੇ ਵਿੱਚ, ਪਰੰਤੂ ਮੈਨੂੰ ਮਾਣ ਬਖਸ਼ਿਆ ਅਤੇ ਮੈਂ ਮਹਿਸੂਸ ਕਰਦਾ ਕਿ ਮੇਰੀਆਂ ਜ਼ਿੰਮੇਵਾਰੀਆਂ ਉਦੋਂ ਪਹਿਲਾਂ ਨਾਲੋਂ ਮੈਂਬਰ ਹੋਣ ਨਾਲੋਂ ਵੀ ਜ਼ਿਆਦਾ ਹੋ ਗਈਆਂ, ਅਤੇ ਮੈਨੂੰ ਕੰਮ ਕਰਨ ਦੇ ਵਿੱਚ ਕਾਫੀ ਆਨੰਦ ਮਿਲਦਾ, ਬਹੁਤ ਮਨ ਪ੍ਰਸੰਨ। ਗੁਰਦੀਪ ਸਿੰਘ ਜੀ, ਫਰਕ ਕੀ ਹੈ, ਤੁਸੀਂ ਲੋਇਨ ਕਲੱਬ ਵਿਸ਼ਵਾਸ ਦੇ ਪ੍ਰਧਾਨ ਹੋ, ਇੱਕ ਲੋਇਨ ਕਲੱਬ ਰਾਇਲ ਹੈ, ਇੱਕ ਡਾਇਮੰਡ ਹੈ, ਇੱਕ ਗੋਲਡ ਹੈ, ਇੱਕ ਅਲਾਇੰਸ ਹੈ, ਇੱਕ ਇੰਟਰਨੈਸ਼ਨਲ ਹੈ, ਇਹ ਲੋਇਨ ਕਲੱਬਾਂ ਵੀ ਕਈ ਨੇ? ਦੇਖੋ, ਲੋਇਨ ਕਲੱਬ ਇੰਟਰਨੈਸ਼ਨਲ ਜਿਹੜੀ ਹੈਗੀ ਹੈ ਉਹ ਇੱਕ ਸੰਸਥਾ ਆਪਣੇ ਆਪ ਦੇ ਵਿੱਚ ਹੈ, ਬਾਕੀ ਜਿਹੜੇ ਕਲੱਬ ਹੈਗੇ ਉਹਦੀਆਂ ਸ਼ਾਖਾਵਾਂ ਹੀ ਹੈਗੀਆਂ, ਉਸੇ ਦੇ ਲੇਡ ਡਾਊਨ ਰੂਲਸ ਦੇ ਮੁਤਾਬਕ ਅਸੀਂ ਕੰਮ ਕਰਦੇ ਹਾਂ, ਅਤੇ ਇਹ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਖ ਵੱਖ ਨਾਮ ਨਾਲ ਹੈ। ਇੱਕ ਸ਼ਹਿਰ ਦੇ ਵਿੱਚ ਜਿੱਥੇ ਪਾਪੂਲੇਸ਼ਨ ਜ਼ਿਆਦਾ ਹੈਗੀ ਹੈ ਉੱਥੇ ਕਈ ਵਾਰੀ ਇੱਕ ਤੋਂ ਹਟ ਕੇ 2 ਜਾਂ 3 ਕਲੱਬਾਂ ਵੀ ਹਨ, ਅਤੇ ਤਕਰੀਬਨ ਇੱਕੋ ਕਿਸਮ ਦੇ ਕਾਰਜ ਕਰਦੇ ਹੈ, ਇਹਨਾਂ ਦੇ ਕੰਟੈਸਟ ਰੂਲਸ ਸੇਮ ਹੁੰਦੇ ਹੈ, ਉਹਦੇ ਵਿੱਚੋਂ ਹੀ ਇਹਨਾਂ ਨੂੰ ਫਸਟ ਸੈਕਿੰਡ ਕੱਢਿਆ ਜਾਂਦਾ ਜੋ ਰੂਲਸ ਦੇ ਹਿਸਾਬ ਨਾਲ ਵਧੀਆ ਕੰਮ ਕਰਦਾ। ਨਹੀਂ, ਤੁਹਾਡੇ ਜਿਹੜੀਆਂ ਨਾ ਸਾਂਝੀਆਂ ਕਲੱਬਾਂ ਨੇ, ਭਾਵੇਂ ਲੋਇਨ ਕਲੱਬ ਰਾਇਲ ਹੈ, ਵਿਸ਼ਵਾਸ ਹੈ, ਗੋਲਡਨ ਹੈ, ਅਲਾਇੰਸ ਹੈ ਵਗੈਰਾ ਵਗੈਰਾ,
ਇਹਨਾਂ ਵਿੱਚ ਮੈਂ ਦੇਖਦਾ ਮੋਹਰੀ ਤੌਰ 'ਤੇ ਦੋ ਤਿੰਨ ਬੰਦੇ ਜਿਵੇਂ ਸੁਰਜੀਤ ਸਿੰਘ ਘੁਲਿਆਣੀ, ਰਜਿੰਦਰ ਸਿੰਘ ਸਰਾਂ, ਇਹ ਉਹਨਾਂ ਦਾ ਕਿਵੇਂ ਉਹ ਸਾਰਿਆਂ 'ਚ ਹੀ? ਦੇਖੋ ਜੀ, ਇਸ ਤਰ੍ਹਾਂ ਵੀ ਇਹ ਜਿਹੜੀਆਂ ਸੰਸਥਾਵਾਂ ਹੁੰਦੀਆਂ ਨਾ, ਕੁਝ ਇਹਦੇ ਵਿੱਚ ਸਾਇਲੈਂਟ ਮੈਂਬਰ ਹੁੰਦੇ ਆ ਅਤੇ ਕੁਝ ਜਿਹੜੇ ਹੁੰਦੇ ਆ ਤਤਪਰ ਵਰਕਰ ਹੁੰਦੇ ਆ ਜੀ। ਸੋ ਜਿਹੜੇ ਤਤਪਰ ਵਰਕਰ ਹੈ, ਮੇਰਾ ਖਿਆਲ ਆ ਵੀ ਤੁਹਾਡੇ ਨਾਲ ਹਾਈਲਾਈਟ ਹੁੰਦੇ ਰਹਿੰਦੇ ਆ, ਕੰਮ ਤਕਰੀਬਨ ਸਾਰੇ ਹੀ ਕਰਦੇ ਆ। ਪਰ ਫਿਰ ਵੀ ਮੈਂ ਇਹੀ ਕਹੂੰਗਾ ਕਿ ਇਹ ਕਲੱਬਾਂ ਚੱਲਦੀਆਂ, ਜਿਹੜੇ ਡਰਾਈਵਰਸ ਹੈਗੇ ਆ ਜਾਂ ਜਿਨ੍ਹਾਂ ਦੇ ਹੱਥ 'ਚ ਸਟੇਅਰਿੰਗ ਹੈ ਜਾਂ ਜੋ ਵਧੀਆ, ਮੇਰਾ ਮਤਲਬ ਇਹਨੂੰ ਹੈਂਡਲ ਕਰਦੇ ਆ, ਉਹਨਾਂ ਦੇ ਬੇਸ 'ਤੇ ਜ਼ਿਆਦਾ ਚੱਲਦੀ। ਨਹੀਂ, ਮੇਰਾ ਸਵਾਲ ਵੱਖਰਾ ਸੀ, ਜਿਵੇਂ ਸੁਰਜੀਤ ਸਿੰਘ ਘੁਲਿਆਣੀ ਹੈ, ਹਾਂਜੀ, ਉਹ ਲੋਇਨ ਕਲੱਬ ਕੋਟਕਪੂਰਾ ਰਾਇਲ ਦੇ ਆ, ਵਿਸ਼ਵਾਸ ਦੇ ਆ ਜਾਂ ਸਾਰਿਆਂ ਦੇ ਜੁਆਇੰਟ ਆ ਉਹ? ਨਹੀਂ, ਉਹ ਵੈਸੇ ਰੁਤਬੇ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਡਿਪਟੀ ਡਿਸਟ੍ਰਿਕਟ ਗਵਰਨਰ ਹੈਗੇ ਆਪਣੇ 3-1 ਡਿਸਟ੍ਰਿਕਟ ਐਫ ਦੇ, ਅਤੇ ਉਹਨਾਂ ਦਾ ਤਕਰੀਬਨ ਸਾਰੀਆਂ ਕਲੱਬਾਂ ਨੂੰ ਹੀ ਗਾਈਡ ਕਰਨਾ, ਦੇਖਭਾਲ ਕਰਨਾ ਉਹਨਾਂ ਦਾ, ਉਹਨਾਂ ਦੇ ਅਧਿਕਾਰ ਖੇਤਰ 'ਚ ਆ ਜਾਂਦਾ ਜੀ। ਸਮਾਜ ਸੇਵਾ ਦੇ ਖੇਤਰ 'ਚ ਹੁਣ ਤੱਕ ਤੁਸੀਂ ਕੋਈ 5-4 ਗਿਣਾ ਸਕਦੇ ਹੋ ਸੇਵਾ ਕਾਰਜ ਜਿਹੜੇ? ਦੇਖੋ ਜੀ, ਇਸ ਤਰ੍ਹਾਂ ਵੀ ਮੈਨੂੰ ਆਪਣੀ ਨਿਸ਼ਕਾਮ ਸੇਵਾ ਸੰਮਤੀ ਜਿਹੜੀ ਹੈਗੀ ਆ, ਤਕਰੀਬਨ 2006 ਤੋਂ ਮੈਂ ਇਹਦਾ ਕਾਰਜਕਾਰਨੀ ਦਾ ਮੈਂਬਰ ਹੈਗਾ ਜੀ। ਉੱਥੇ ਜਿਹੜੀਆਂ ਬੇਸਹਾਰਾ ਵਿਧਵਾ ਔਰਤਾਂ, ਜਿਨ੍ਹਾਂ ਦੇ ਬੱਚੇ ਛੋਟੇ ਹਨ ਜਾਂ ਕੋਈ ਕਮਾਊ ਮੈਂਬਰ ਨਹੀਂ ਹੈਗਾ, ਉਹਨਾਂ ਨੂੰ ਮੰਥਲੀ ਫ੍ਰੀ ਰਾਸ਼ਨ ਦਿੱਤਾ ਜਾਂਦਾ, ਉਹਨਾਂ ਦਾ ਵੀ ਮੈਂ ਮੈਂਬਰ ਹੈਗਾ ਜੀ। ਫਿਰ ਆਪਣਾ ਲਾਇਨਸ ਕਲੱਬ ਦਾ ਮੈਂਬਰ ਮੈਂ ਬਣਿਆ ਜੀ। ਇਸੇ ਤਰ੍ਹਾਂ ਹੀ ਸਾਡੀ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਹੈਗੀ ਹੈ, ਜਿਹੜੀ ਸਮੇਂ-ਸਮੇਂ ਬਹੁਤ ਹੀ ਉਸਾਰੂ ਕੰਮ ਕਰ ਰਹੀ ਹੈ, ਜਿਵੇਂ ਸਵੱਛ ਪਾਣੀ ਮਿਲੇ, ਸਫਾਈ ਹੋਵੇ, ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ, ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਉਹ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਕਰਦੀ ਹੈ, ਉਹਨਾਂ ਨਾਲ ਮਿਲ ਕੇ ਵੀ ਕੰਮ ਕਰਨ ਦਾ ਬੜਾ ਵਧੀਆ ਲੱਗਦਾ। ਹੋਰ ਕੋਈ, ਹੋਰ ਕਿਸੇ ਸੰਸਥਾ ਨਾਲ ਜੁੜੇ ਹੋ? ਹੋਰ ਕਿਸੇ ਸੰਸਥਾ ਨਾਲ ਮਨ 'ਚ ਹਮੇਸ਼ਾ ਹੀ ਬਣਿਆ ਰਹਿੰਦਾ ਵੀ ਜਿੱਥੇ ਵੀ ਕਿਤੇ ਕੋਈ ਲੋੜ ਮਹਿਸੂਸ ਹੁੰਦੀ ਹੈ, ਇੰਡੀਵਿਜੁਅਲ ਤੌਰ 'ਤੇ ਵੀ ਕਈ ਵਾਰੀ ਕੋਈ ਆ ਕੇ ਅਪਰੋਚ ਕਰਦਾ ਵੀ ਮੈਨੂੰ ਆ, ਇੱਕ ਅਥਲੀਟ ਮੇਰੇ ਕੋਲ ਆਇਆ, ਕਹਿੰਦਾ ਜੀ ਮੈਨੂੰ ਸ਼ੂਜ਼ ਦੀ ਲੋੜ ਹੈਗੀ ਹੈ, ਅਤੇ ਮੈਂ ਉਹਨੂੰ ਪੁੱਛਿਆ ਤੇਰੇ ਸ਼ੂਜ਼ ਕਿੰਨੇ ਕੁ ਦੇ ਹੋਣਗੇ, ਉਹਨੇ ਮੈਨੂੰ 2,000 ਦੀ ਪ੍ਰਪੋਜ਼ਲ ਦੱਸੀ, ਮਨ ਬੜਾ ਪ੍ਰਸੰਨ ਹੋਇਆ ਉਹਨੂੰ ਹੈਲਪ ਕਰਕੇ। ਸੋ ਇਸ ਤਰ੍ਹਾਂ ਕਈ ਵਾਰੀ ਇੰਡੀਵਿਜੁਅਲ ਤੌਰ 'ਤੇ ਵੀ ਜਦੋਂ ਕੋਈ ਅਪਰੋਚ ਕਰਦਾ ਅਤੇ ਉਹਦੀ ਜਿੰਨੀ ਉਹ ਤਾਂ ਹੈ ਹੁੰਦੀ ਹੈ। ਇੱਕ ਮੈਨੂੰ ਪਤਾ ਲੱਗਾ ਜਿਹੜਾ 100 ਕਰੋੜੀ ਪ੍ਰੋਜੈਕਟ ਹੈ ਉੱਚਾ ਦਰ ਬਾਬੇ ਨਾਨਕ ਦਾ, ਉਹਦੇ ਵੀ ਤੁਸੀਂ ਮੈਂਬਰ ਹੋ? ਹਾਂਜੀ ਬਿਲਕੁਲ ਜੀ, ਬਿਲਕੁਲ। ਇਹ ਬਹੁਤ ਹੀ ਵਧੀਆ ਉੱਚ ਮਿਆਰ ਦੀ ਸੰਸਥਾ ਬਣ ਰਹੀ ਹੈ, ਜਿਹਦੇ ਵਿੱਚ ਸਿਰਫ ਅਤੇ ਸਿਰਫ ਕੀ ਹੈ, ਬਾਬਾ ਨਾਨਕ ਦਾ ਜੋ ਫਲਸਫਾ ਹੈ ਉਹ ਹੀ ਪ੍ਰਚਾਰਿਆ ਜਾਣਾ। ਉੱਥੇ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਉੱਥੇ ਤੁਸੀਂ ਪ੍ਰਕਾਸ਼ ਦੇਖਣਾ, ਮੱਥਾ ਟੇਕਣਾ, ਜਾਂ ਤੁਹਾਨੂੰ ਗੁਰੂ ਮਹਾਰਾਜ ਦਾ ਰੁਮਾਲਿਆਂ 'ਚ ਲਪੇਟ ਕੇ ਦਰਸ਼ਨ ਕਰਾਏ ਜਾਣਗੇ, ਇਸ ਤਰ੍ਹਾਂ ਦਾ ਉਹਨਾਂ ਦਾ ਕੋਈ ਨਹੀਂ ਹੈਗਾ। ਉਹਨਾਂ ਦਾ ਸਿਰਫ ਇਹ ਹੈਗਾ ਵੀ ਬਾਬੇ ਨਾਨਕ ਦੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇਣੀ, ਉਹਨਾਂ ਦੀ ਸੋਚ ਕੀ ਸੀ, ਉਹਨਾਂ ਦੀ ਕਾਰਜਕਾਰਨੀ ਕੀ ਸੀ, ਉਹ ਕਿੱਥੇ ਕਿੱਥੇ ਗਏ, ਕਿੰਨਾ ਕਿੰਨਾ ਨੂੰ ਮਿਲੇ, ਕਿੰਨਾ ਕਿੰਨਾ ਫਿਲਾਸਫਰਾਂ ਦੇ, ਵਿਦਵਾਨਾਂ ਦੇ, ਉਹਨਾਂ ਬਾਰੇ ਕੀ ਖਿਆਲ ਹੈ? ਤੁਸੀਂ ਉਹਦੇ ਮੈਂਬਰ ਹੋ? ਮੈਂ ਬਿਲਕੁਲ ਜੀ ਉਹਨਾਂ ਦਾ ਮੈਂਬਰ ਹਾਂ, ਮੇਰੇ ਬੱਚੇ ਮੈਂਬਰ ਹੈ। ਮੈਂ ਆਪਣੀ ਬੇਟੀ ਨੂੰ ਗੁਜ਼ਾਰਿਸ਼ ਕੀਤੀ ਜਦੋਂ ਉਹਨਾਂ ਨੂੰ ਦੱਸਿਆ, ਤਾਂ ਉਹਨਾਂ ਨੇ ਵੀ ਬੜਾ ਪ੍ਰਸੰਨਤਾ ਨਾਲ ਮੈਂਬਰਸ਼ਿਪ ਲੈਣ ਲਈ ਆਪਣਾ ਹਿੱਸਾ ਪਾਇਆ, ਉੱਧਰੋਂ ਵੀ ਪਰਿਵਾਰ ਦੇ 2 ਮੈਂਬਰ ਮਿਲੇ ਜੀ। ਜੀ ਗੁਰਦੀਪ ਸਿੰਘ ਜੀ, ਆਪਣੀਆਂ ਤਕਰੀਬਨ ਗੱਲਾਂ ਹੋ ਗਈਆਂ, ਤੁਸੀਂ ਸਮਾਜ ਸੇਵਾ ਦੇ ਖੇਤਰ 'ਚ ਜਿਹੜੀਆਂ ਸੰਸਥਾਵਾਂ ਜਥੇਬੰਦੀਆਂ ਨਾਲ ਜੁੜੇ ਹੋਏ ਹੋ, ਤੁਸੀਂ ਕੋਈ ਨਾ ਭਾਵੇਂ ਫੌਜ ਦੇ ਵਿੱਚ ਰਹਿ, ਭਾਵੇਂ ਤੁਸੀਂ ਬੈਂਕ ਦੇ ਖੇਤਰ 'ਚ ਰਹਿ, ਅਤੇ ਭਾਵੇਂ ਤੁਸੀਂ ਸਮਾਜ ਸੇਵਾ ਦੇ ਖੇਤਰ 'ਚ, ਕੋਈ ਇਹੋ ਜਿਹੀ ਘਟਨਾ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋਗੇ ਜਿਹੜੀ ਤੁਹਾਡੀ ਸਦੀਵੀ ਯਾਦ ਬਣ ਗਈ ਹੋਵੇ? ਬਿਲਕੁਲ ਮੈਂ ਨਿਰਤਾ ਜੀ, ਮੈਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਮੈਂ ਪਾਕਿਸਤਾਨ ਬਾਰਡਰ ਦੇ ਉੱਤੇ, ਅਸੀਂ ਰਾਜਸਥਾਨ ਸੈਕਟਰ ਦੇ ਵਿੱਚ ਡਿਪਲਾਇਡ ਸੀਗੇ, ਅਤੇ ਉੱਥੇ ਜੋ ਸਾਨੂੰ ਵੈਪਨ ਮਿਲਦਾ ਉਹਦੇ ਨਾਲ ਕੁਝ ਸਾਡੇ ਰਾਊਂਡ ਵੀ ਮਿਲਦੇ ਆ, ਤਕਰੀਬਨ ਕਾਰਬਾਈਨ ਮਸ਼ੀਨ ਦੇ ਨਾਲ 35 ਰਾਊਂਡ ਮਿਲਦੇ ਸੀ। ਅਤੇ ਅਸੀਂ ਉੱਥੇ ਕਦੇ ਸਾਡੇ ਕੋਈ ਵਿਤਕਰਾ ਨਹੀਂ ਹੁੰਦਾ ਸੀ, ਹਿੰਦੂ ਸਿੱਖ ਮੁਸਲਿਮ ਈਸਾਈ ਵਗੈਰਾ ਦਾ ਕੋਈ ਕਿਸੇ ਕਿਸਮ ਦਾ ਸਾਡੇ ਕੋਈ ਵਿਤਕਰਾ ਨਹੀਂ ਹੁੰਦਾ ਸੀ। ਅਤੇ ਮੇਰਾ ਇੱਕ ਮਿੱਤਰ ਮਿਸਟਰ ਸੰਮਦ, ਸਾਰਜੈਂਟ ਸੰਮਦ ਆਫ ਤਾਮਿਲਨਾਡੂ, ਉਹ ਉਦਾਸ ਰਹਿੰਦਾ ਸੀ, 2 ਦਿਨ ਤੋਂ ਸਾਡੇ ਵਿੱਚ ਵਿਚਰ ਨਹੀਂ ਰਿਹਾ ਸੀਗਾ, ਇਸਲਾਮ ਧਰਮ ਨਾਲ ਸੰਬੰਧਿਤ ਸੀਗਾ। ਅਤੇ ਪਰੰਤੂ ਸਾਨੂੰ ਲੱਗਦਾ ਸੀਗਾ ਵੀ ਕੁਛ ਹੈ, ਅਤੇ ਇਸ ਕਰਕੇ ਜਦੋਂ ਅਸੀਂ ਉਹਨੂੰ ਪੁੱਛਿਆ ਉਹ ਨਹੀਂ ਦੱਸਦਾ ਸੀ। ਅਤੇ ਫਿਰ ਅਸੀਂ ਤੀਸਰੇ ਮਿੱਤਰ ਨੂੰ, ਜਿਹਦੇ ਉਹ ਕਲੋਜ਼ ਜ਼ਿਆਦਾ ਸੀਗਾ, ਉਹ ਕੇਰਲਾ ਦਾ ਸੀਗਾ, ਅਤੇ ਉਹਨਾਂ ਨੂੰ ਜਦੋਂ ਪੁੱਛਿਆ ਵੀ ਕੀ ਗੱਲ ਹੈ, ਤਾਂ ਹੌਲੀ ਹੌਲੀ ਸਾਨੂੰ ਭੇਤ ਖੁੱਲਿਆ ਕਿ ਉਹਨਾਂ ਦੇ ਜਿਹੜੇ ਰਾਊਂਡ ਹੈ 35, ਉਹ ਡੱਬੀ ਦੀ ਡੱਬੀ ਮਿਸਪਲੇਸ ਹੋ ਗਈ ਹੈ। ਅਤੇ ਮੈਂ ਸੈਕਟਰ ਲੀਡਰ ਸੀ ਉਸ ਏਰੀਏ ਦਾ, ਅਤੇ ਮੇਰੀ ਇਹ ਡਿਊਟੀ ਵੀ ਬਣਦੀ ਸੀ ਵੀ ਮੈਂ ਸਾਰਿਆਂ ਨਾਲ ਤਾਲਮੇਲ ਰੱਖ ਕੇ ਸਾਰਿਆਂ ਨੂੰ ਖੁਸ਼ ਰੱਖਾਂ, ਸਾਰਿਆਂ ਦੀ ਸਮੱਸਿਆ ਦਾ ਮੇਰੇ ਕੋਲ ਸਮਾਧਾਨ ਹੋਣਾ ਚਾਹੀਦਾ।
ਸੋ ਇਸ ਦੇ ਨਾਤੇ ਮੈਂ ਜਦ ਉਹਨਾਂ ਨੂੰ ਅਸ਼ੋਰ ਕੀਤਾ, ਮੈਂ ਕਿਹਾ ਵੀ ਤੁਸੀਂ ਸਾਂਝੀ ਹੋ ਗਈ ਹੈ, ਤੁਸੀਂ ਫਿਕਰ ਨਾ ਕਰੋ, ਇਹਨੂੰ ਆਪਾਂ ਇੱਥੇ ਹੱਲ ਕਰਾਂਗੇ। ਅਤੇ ਮੇਰਾ ਬਹੁਤ ਪਿਆਰ ਬਣਿਆ ਹੋਇਆ ਸੀ ਉੱਥੇ, ਜਿਹੜੇ ਬਾਰਡਰ ਸਿਕਿਉਰਿਟੀ ਫੋਰਸ ਦੇ ਵਿੱਚ ਇੰਸਪੈਕਟਰ ਅਵਤਾਰ ਸਿੰਘ ਉਸ ਏਰੀਏ ਦੇ ਵਿੱਚ ਸੀਗੇ, ਜੋ ਇੰਚਾਰਜ ਸੀ ਸਾਰੀਆਂ ਪੋਸਟਾਂ ਦੇ BSF ਦੀਆਂ ਦੇ, ਜਿਨ੍ਹਾਂ ਦੇ ਨਾਲ ਹੀ ਸਾਡੀ ਠਹਿਰ ਹੁੰਦੀ ਸੀ। ਅਤੇ ਉਹਨਾਂ ਨਾਲ ਜਦੋਂ ਗੱਲ ਕੀਤੀ, ਉਹ ਕਹਿੰਦੇ ਨਿਸ਼ਚਿੰਤ ਹੋ ਜਾਓ, ਕੋਈ ਗੱਲ ਨਹੀਂ, ਇਹਦਾ ਬੰਦੋਬਸਤ ਮੈਂ ਕਰ ਦਿਆਂਗਾ। ਅਤੇ ਉਹਨਾਂ ਦਾ ਜਦੋਂ ਬੰਦੋਬਸਤ ਹੋ ਗਿਆ ਅਤੇ ਉਹਨਾਂ ਨੂੰ ਸਪੁਰਦ ਕੀਤਾ ਗਿਆ, ਤਾਂ ਇਸ ਚੀਜ਼ ਨੇ ਮੈਨੂੰ ਬੜੀ ਸ਼ਾਂਤੀ ਦਿੱਤੀ ਅਤੇ ਬਹੁਤ ਹੀ ਮੇਰਾ ਮਨੋਬਲੀ ਤੌਰ 'ਤੇ ਵੀ ਮੈਂ ਬਹੁਤ ਆਪਦੇ ਆਪ ਨੂੰ ਤਕੜਾ ਮਹਿਸੂਸ ਕੀਤਾ। ਹਾਂ, ਉੱਥੇ ਇਹ ਗੱਲ ਤਾਂ ਮੰਨਣ 'ਚ ਆਵੇ, ਫੌਜ ਦੇ ਵਿੱਚ ਤਾਂ ਉਹੀ ਪਰਿਵਾਰ ਆ ਜਿਹੜੇ ਸਾਡੇ ਨਾਲ ਰਹਿੰਦੇ। ਬਿਲਕੁਲ ਬਿਲਕੁਲ, ਕਿਉਂਕਿ ਬਾਕੀ ਪਰਿਵਾਰ ਤਾਂ ਪਿੱਛੇ ਰਹਿ ਜਾਂਦਾ ਆਪਣੇ ਘਰ 'ਚ। ਬਿਲਕੁਲ। ਅਤੇ ਕੋਈ ਹੋਰ ਇਹੋ ਜਿਹੀ ਕੋਈ ਸਦੀਵੀ ਯਾਦ ਹੋਵੇ? ਹੋਰ ਦੇਖੋ, ਇਸ ਤਰ੍ਹਾਂ ਜੀ ਲਾਈਫ ਦੇ ਵਿੱਚ ਬੜੇ ਚਾਂਸ ਹੁੰਦੇ ਰਹਿੰਦੇ ਆ, ਜਿੱਥੇ ਵੀ ਆਪਾਂ ਕਿਤੇ ਆਪਾਂ, ਮੈਂ ਤਾਂ ਦੇਖਿਆ ਜੀ, ਜਦੋਂ ਵੀ ਆਪਾਂ ਕਿਤੇ ਵਲੰਟੀਅਰ ਕਰਦੇ ਹਾਂ ਤਾਂ ਤੁਹਾਨੂੰ ਉਹਦੇ ਵਿੱਚ ਸਕੂਨ ਮਿਲਦਾ, ਉਲਟਾ ਪਰਮਾਤਮਾ ਤੁਹਾਡੀ ਮਦਦ ਕਰਦਾ। ਜਦੋਂ ਵੀ ਅਸੀਂ ਕਿਤੇ ਕਹਿੰਦੇ ਹਾਂ ਵੀ ਮੈਂ ਤੁਹਾਡੇ ਮੂਹਰੇ ਖੜ੍ਹਾ, ਮੈਂ ਤੁਹਾਡੇ ਮੂਹਰੇ ਦੀਵਾਰ ਹੈ, ਤੁਸੀਂ ਮੇਰੇ 'ਤੇ ਵਿਸ਼ਵਾਸ ਕਰੋ, ਉਦੋਂ ਤੁਹਾਨੂੰ ਇੰਨਾ ਸਕੂਨ ਮਿਲਦਾ ਅਤੇ ਉਦੋਂ ਪਰਮਾਤਮਾ ਤੁਹਾਨੂੰ ਤਕੜਾ ਕਰਦਾ ਅਤੇ ਤੁਸੀਂ ਬਿਲਕੁਲ ਹੀ ਦੀਵਾਰ ਵਾਂਗੂ ਖੜ੍ਹ ਕੇ ਅਤੇ ਆਪਦੀ ਫਰਜ਼ ਅਦਾ ਕਰਦੇ ਹਾਂ, ਡਿਊਟੀ ਕਰਦੇ ਹਾਂ, ਬਹੁਤ ਵਧੀਆ ਲੱਗਦਾ। ਆਪਣੇ ਨਾ ਸ਼ਹਿਰ ਦੇ ਵਿੱਚ ਗੁਰਦੀਪ ਸਿੰਘ ਜੀ ਸਮੱਸਿਆਵਾਂ ਬਣੀਆਂ ਨੇ, ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਵਿੱਚ ਇਹ ਵੀ ਹੈ ਵੀ ਪਾਣੀ ਨਿਕਾਸੀ ਦਾ ਪ੍ਰਬੰਧ ਹੈ ਨਹੀਂ, ਸਾਫ਼ ਪਾਣੀ ਸਪਲਾਈ ਕਰਨ ਦਾ ਹੈ ਨਹੀਂ, ਸੀਵਰ ਦੇ ਸੁਚੱਜੇ ਪ੍ਰਬੰਧ ਹੈ ਨਹੀਂ, 73 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, ਇਹ ਚੀਜ਼ਾਂ ਦੁਖੀ ਨਹੀਂ ਕਰਦੀਆਂ ਤੁਹਾਨੂੰ? ਦੇਖੋ ਮਹਿੰਦੀ ਰੱਤਾ ਜੀ, ਇਹ ਚੀਜ਼ਾਂ ਇੰਨਾ ਕੁ ਦੁਖੀ ਕਰਦੀਆਂ ਕਿ ਜਿਹਦਾ ਆਪਾਂ ਸਮਾਧਾਨ ਆਪਣੇ ਕੋਲ ਨਾ ਹੁੰਦਿਆਂ ਹੋਇਆਂ ਵੀ ਸਾਨੂੰ ਇਹ ਬਹੁਤ ਅੰਦਰੋਂ ਵੱਢਦੀਆਂ ਰਹਿੰਦੀਆਂ। ਆਪਾਂ ਸਵੱਛ ਭਾਰਤ ਦਾ ਸੁਪਨਾ ਸਾਨੂੰ ਦਿਖਾਇਆ ਜਾਂਦਾ ਜੀ, ਪਰ ਕਿਤੇ ਵੀ ਸਵੱਛਤਾ ਹੈ ਨਹੀਂ ਗੀ ਜੀ। ਗਲੀਆਂ ਦੇ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ, ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ, ਪਾਣੀ ਜਿਹੜਾ ਸਾਡਾ ਪਲੀਤ ਹੋ ਕੇ ਸਾਨੂੰ ਸੀਵਰੇਜ ਮਿਕਸ ਪਾਣੀ ਸਪਲਾਈ ਹੋ ਰਿਹਾ ਜੀ, ਸੀਵਰੇਜ ਨਾ ਚੱਲਦੇ ਹੋਣ ਕਰਕੇ ਭੈੜੀਆਂ ਭੈੜੀਆਂ ਬਿਮਾਰੀਆਂ ਫੈਲ ਰਹੀਆਂ ਜੀ। ਇਹ ਹਮੇਸ਼ਾ ਹੀ ਬਹੁਤ ਹੀ ਪਰੇਸ਼ਾਨ ਕਰਦੀਆਂ ਜੀ। ਇਹਦੇ ਬਾਰੇ ਕੀ ਹੱਲ ਕੀ ਹੋਵੇਗਾ? ਇਹਦੇ ਬਾਰੇ ਹੱਲ ਦੇਖੋ ਜੀ, ਇਸ ਤਰ੍ਹਾਂ ਵੀ ਜਿੰਨਾ ਚਿਰ ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਜਾਂ ਸਾਡੇ ਰਾਜਨੀਤਿਕ ਨੇਤਾ ਹੈ, ਜਿੰਨਾ ਚਿਰ ਉਹ ਨਹੀਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਵੀ ਅਸੀਂ ਇਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਹੈ, ਉਹ ਤਾਂ ਇਹਨਾਂ ਨਾਲ ਵਾਅਦਾ ਕੀਤਾ, ਸਾਲ ਬਾਅਦ ਸਾਨੂੰ ਮੂਰਖ ਬਣਾ ਜਾਂਦੇ ਆ। ਬਸ ਜਿੰਨਾ ਚਿਰ ਅਸੀਂ ਉਹਨਾਂ ਦੀਆਂ ਗੱਲਾਂ 'ਚ ਮੂਰਖ ਬਣਦੇ ਰਹਾਂਗੇ, ਉਹਨਾਂ ਚਿਰ ਇਹਨਾਂ ਸਮੱਸਿਆਵਾਂ ਦਾ ਹੱਲ ਹੋਣ ਦਾ ਮੈਨੂੰ ਕੁਛ ਲੱਗਦਾ ਨਹੀਂ ਵੀ ਆਪਾਂ ਨੂੰ ਕੋਈ ਹੱਲ ਮਿਲੂਗਾ ਜੀ। ਵੀਰ ਜੀ, ਇੱਕ ਨਾ ਹੋਰ ਗੱਲ ਹੈ ਬਈ, ਤਕਰੀਬਨ ਹਰ ਟੌਪਿਕ 'ਤੇ ਆਪਣੀ ਗੱਲ ਹੋ ਗਈ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਬਹੁਤ ਸਾਰੀਆਂ ਗੱਲਾਂ ਅਜੇ ਪੁੱਛਣ ਵਾਲੀਆਂ ਨੇ, ਤੁਹਾਡੇ ਵੀ ਮਨ 'ਚ ਹੋ ਕੋਈ ਗੱਲ ਇਹੋ ਜਿਹੀ ਹੋਵੇ ਜਿਹੜੀ ਮੈਂ ਨਾ ਪੁੱਛ ਸਕਿਆ ਹੋਵਾਂ ਅਤੇ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋਵੋ? ਦੇਖੋ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਹੋਰ ਵੀ ਤੁਸੀਂ ਕੋਈ ਐਕਟੀਵਿਟੀ ਕੀ ਕਰਦੇ ਹੈ, ਅਤੇ ਮੈਨੂੰ ਉੱਚਾ ਦਰ ਬਹੁਤ ਵਧੀਆ ਲੱਗਿਆ ਜੀ। ਉੱਚਾ ਦਰ ਬਾਬੇ ਨਾਨਕ ਦਾ ਜੋ ਬਣਾਇਆ ਜਾ ਰਿਹਾ ਸਰਦਾਰ ਜੋਗਿੰਦਰ ਸਿੰਘ ਜੀ ਵੱਲੋਂ, ਇਹਦੇ ਨਾਲ ਮੈਂ ਧੁਰੰਦਰ ਤੋਂ ਜੁੜਿਆ ਹੋਇਆ, ਮੇਰਾ ਬੇਟਾ ਅਮਨ ਸਿੰਘ, ਮੇਰੀ ਨੂੰਹ ਰਾਣੀ ਕੁਲਵੀਰ ਕੌਰ ਇਹਦੇ ਲਾਈਫ ਮੈਂਬਰ ਹਨ। ਮੈਂ ਆਪਣੀ ਬੇਟੀ ਨੂੰ ਜਦੋਂ ਦੱਸਿਆ, ਉਹਨਾਂ ਨੇ ਵੀ ਬੜੀ ਪ੍ਰਸੰਨਤਾ ਮਹਿਸੂਸ ਕੀਤੀ ਮੈਂਬਰਸ਼ਿਪ ਲੈਣ ਦੇ ਵਿੱਚ, ਅਤੇ ਅਸੀਂ ਇਹਦੇ ਲਈ ਸਮੇਂ ਅਰਦਾਸ ਕਰਦੇ ਰਹਿੰਦੇ ਹਾਂ ਵੀ ਜਲਦੀ ਤੋਂ ਜਲਦੀ ਪੂਰਾ ਹੋਵੇ ਅਤੇ ਲੋਕਾਈ ਲਈ ਖੁੱਲ੍ਹੇ ਅਤੇ ਲੋਕਾਂ ਦਾ ਮਾਰਗਦਰਸ਼ਨ। ਤੁਹਾਡਾ ਬੇਟਾ ਅਤੇ ਨੂੰਹ ਵਿਦੇਸ਼ 'ਚ ਹੈ? ਮੇਰਾ ਬੇਟਾ ਕੈਨੇਡਾ ਕੈਲਗਰੀ ਵਿਖੇ ਹੈ ਜੀ, ਮੇਰੀ ਨੂੰਹ ਰਾਣੀ ਉੱਥੇ ਹੈ, ਮੇਰੀ ਨਹੀਂ ਤਾਂ ਉਹ ਵਿਦੇਸ਼ ਵਾਲਿਆਂ ਨੂੰ ਵੀ ਮੈਂਬਰ ਬਣਾ ਲੈਂਦੇ ਨੇ? ਹਾਂਜੀ ਬਿਲਕੁਲ ਜੀ, ਵਿਦੇਸ਼ ਵਾਲਿਆਂ ਨੂੰ ਵੀ ਬਣਾ ਲੈਂਦੇ ਆ। ਮੇਰੀ ਬੇਟੀ ਦੇ ਪਰਿਵਾਰ 'ਚੋਂ ਜਿਹੜੇ ਮੇਰੇ ਕੁੜਮ ਸਾਹਿਬ ਅਤੇ ਮੇਰੀ ਬੇਟੀ ਦੀ ਸੱਸ ਮਾਤਾ ਮੈਂਬਰ ਬਣੇ ਆ, ਉਹ ਵੀ ਸਕੋਟਲੈਂਡ UK ਦੇ ਵਿੱਚ ਰਹਿੰਦੇ ਆ ਜੀ। UK 'ਚ ਉਹਨਾਂ ਨੂੰ ਵੀ ਬਕਾਇਦਾ ਉੱਥੇ ਮੈਂਬਰਸ਼ਿਪ ਕਾਰਡ ਪਹੁੰਚੇ ਹੈ, ਬਕਾਇਦਾ ਉਹਨਾਂ ਦੀ ਮੈਂਬਰਸ਼ਿਪ ਕਬੂਲ ਕੀਤੀ ਗਈ ਹੈ ਜੀ। ਸੋ ਮੈਂ ਤਾਂ ਇਸ ਪੁਆਇੰਟ 'ਤੇ ਸਾਰੇ ਦਰਸ਼ਕਾਂ ਨੂੰ ਇਹ ਬੇਨਤੀ ਕਰੂੰਗਾ ਵੀ ਉੱਚਾ ਦਰ ਕੰਨੀ ਵੀ ਥੋੜ੍ਹਾ ਜਿਹਾ ਵਧਣ, ਅਤੇ ਜਿੱਥੇ ਵੀ ਕੋਈ ਬੈਠਾ ਦਰਸ਼ਕ ਸੁਣ ਰਿਹਾ ਮੇਰੀ, ਉਹਨੂੰ ਪੁਰਜ਼ੋਰ ਅਪੀਲ ਹੈ ਵੀ ਉਹ ਇਹਦੀ ਮੈਂਬਰਸ਼ਿਪ ਲਵੇ, ਤਾਂ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਵਧੀਆ ਹੋ ਸਕੇ, ਮਾਰਗਦਰਸ਼ਨ ਜਿਹਦੇ ਨਾਲ ਬੱਚਿਆਂ ਨੂੰ ਅੱਛੀ ਸੇਧ ਮਿਲੇ ਅਤੇ ਬਾਬੇ ਨਾਨਕ ਦੇ ਫਲਸਫੇ ਬਾਰੇ ਬਹੁਤ ਵਧੀਆ ਜਾਣਕਾਰੀ ਉਹਨਾਂ ਨੂੰ ਮਿਲੇ ਜੀ। ਇਹ ਸਨ ਵੀਰ ਗੁਰਦੀਪ ਸਿੰਘ ਜੀ, ਸੇਵਾ ਮੁਕਤ ਮੈਨੇਜਰ। ਇਹਨਾਂ ਦਾ ਸਮਾਜ ਸੇਵਾ ਦੇ ਖੇਤਰ 'ਚ ਬਹੁਤ ਯੋਗਦਾਨ ਹੈ। ਇਹਨਾਂ ਕੋਲ ਸ਼ਬਦਾਵਲੀ ਦਾ ਭੰਡਾਰ ਹੈ, ਆਪਾਂ ਬਹੁਤ ਕੁਝ ਪੁੱਛ ਸਕਦੇ ਹਾਂ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ, ਉਹਦੇ ਨਾਲ ਜੇ ਕੋਈ ਮੋਟੀਵੇਸ਼ਨ ਮਿਲੇ, ਜੇ ਕੋਈ ਪ੍ਰੇਰਨਾ ਮਿਲੇ ਨਵੀਂ ਪੀੜ੍ਹੀ ਨੂੰ, ਨਵੀਂ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਬਾਰੇ ਵੀ ਤੁਸੀਂ ਚਿੰਤਤ ਹੋ? ਬਿਲਕੁਲ ਜੀ, ਨਵੀਂ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਬਾਰੇ ਤਾਂ ਚਿੰਤਾ ਹੀ ਜਿਹੜੀ ਹੈਗੀ ਹੈ, ਚਿੰਤਾ ਹੈਗੀ ਹੈ। ਦੇਖੋ ਨਵੀਂ ਆਉਣ ਵਾਲੀ ਪੀੜ੍ਹੀ ਬਾਰੇ ਤਾਂ ਇੱਥੇ ਬਚਿਆ ਹੀ ਕੁਛ ਨਹੀਂ ਗਾ, ਜੋ ਨਸ਼ਿਆਂ ਦੀ ਦਲਦਲ ਇੱਥੇ ਪੈਦਾ ਕੀਤੀ ਹੋਈ ਹੈ
ਉਹਦੇ ਵਿੱਚ ਨੌਜਵਾਨ ਦਿਨੋਂ ਦਿਨ ਧਸਦੇ ਜਾ ਰਹੇ ਕਰਕੇ ਜਾ ਰਹੇ ਨਸ਼ਿਆਂ ਦੀ ਦਲਦਲ ਪੈਦਾ ਉਹਨਾਂ ਨੇ ਕੀਤੀ ਹੈ ਜਿਹੜੇ ਦਾਅਵੇ ਕਰਦੇ ਨੇ 4 ਹਫ਼ਤਿਆਂ 'ਚ ਖਤਮ ਕਰ ਦਾਂਗੇ। ਦੇਖੋ ਜੀ ਉਹ ਉਹਨਾਂ ਨੂੰ ਹੁਣ ਜਦੋਂ ਆਪਾਂ ਦੇਖਦੇ ਹਾਂ ਵੀ ਉਹਨਾਂ ਦੇ ਜਿਹੜੇ ਮੇਨ ਜਿਹੜੇ ਕਰਿੰਦੇ ਹੈਗੇ ਆ ਮੇਨ ਜਿਹੜੇ ਉਹਨਾਂ ਦੇ ਪਰਸਨ ਹੈਗੇ ਆ ਉਹੀ ਤਾਂ ਇਹਦੇ ਵਿੱਚ ਇਨਵੋਲਵਡ ਹੈ ਜੀ, ਇੱਥੋਂ ਮੋਟੀ ਕਮਾਈ ਹੈਗੀ ਆ ਉਹਨਾਂ ਨੂੰ ਤੇ ਉਹ ਕਿੱਥੋਂ ਬੰਦ ਕਰ ਦੇਣਗੇ 4 ਹਫ਼ਤੇ ਜਦੋਂ ਨਵੀਂ ਪੀੜ੍ਹੀ ਨਾ ਰਹੀ ਤੇ ਫਿਰ ਇਹ ਮੋਟੀ ਕਮਾਈ ਨੂੰ ਚੱਟਣਗੇ। ਦੇਖੋ ਇਹ ਜੇ ਇਹ ਇਹਨਾਂ ਦੇ ਮਨ 'ਚ ਸੋਚ ਆ ਜੇ ਤੇ ਫਿਰ ਤਾਂ ਮੈਂ ਕਹਿੰਦਾ ਵੀ ਇਦੋਂ ਉੱਤਮ ਤਾਂ ਕੋਈ ਕੰਮ ਹੋ ਹੀ ਨਹੀਂ ਸਕਦਾ ਜੀ। ਇਹ ਸਨ ਉਹਨਾਂ ਨੂੰ ਤਾਂ ਸਿਰਫ ਪੈਸਾ ਹੀ ਦਿਸ ਰਿਹਾ ਵੀ ਮੋਟਾ ਪੈਸਾ ਮਿਲ ਰਿਹਾ ਸਾਨੂੰ ਜੀ। ਸਮੇਂ ਦੀ ਨਜਾਕਤ ਨੂੰ ਸਮਝਦਿਆਂ ਵੀਰ ਜੀ ਆਪਾਂ ਨੂੰ ਇੱਥੇ ਪ੍ਰੋਗਰਾਮ ਖਤਮ ਕਰਨਾ ਪੈਣਾ। ਤੁਹਾਡਾ ਇੱਕ ਵਾਰੀ ਫਿਰ ਸਟੂਡੀਓ 'ਤੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਮਹਿੰਦੀ ਰੱਤਾ ਜੀ, ਅਤੇ ਮੈਂ ਅਰਦਾਸ ਕਰਦਾ ਕਿ ਤੁਹਾਡਾ ਚੈਨਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਦਰਸ਼ਕ ਮੇਰੇ ਸਦਾ ਖੁਸ਼ ਰਹਿਣ ਵਸਦੇ ਰਸਤੇ ਰਹਿਣ। ਹਾਂ ਮਿਹਰਬਾਨੀ ਗੁਰਦੀਪ ਸਿੰਘ ਜੀ। ਇਹ ਦਰਸ਼ਕੋ ਤੁਸੀਂ ਦੇਖਿਆ ਇਹ ਸੇਵਾ ਮੁਕਤ ਮੈਨੇਜਰ ਸਿਰਫ ਅਤੇ ਸਿਰਫ ਤੁਹਾਨੂੰ ਪ੍ਰੇਰਨਾ ਦੇਣੀ ਚਾਹੁੰਦੇ ਨੇ ਕਿ ਮਾਪਿਆਂ ਨੂੰ ਆਪਣੀ ਔਲਾਦ ਤੋਂ ਬਹੁਤ ਵੱਡੀਆਂ ਆਸਾਂ ਹੁੰਦੀਆਂ ਨੇ। ਮਾਪਿਆਂ ਦੀਆਂ ਆਸਾਂ 'ਤੇ ਪੂਰੇ ਉਤਰਨ ਲਈ, ਤੰਦਰੁਸਤ ਸਮਾਜ ਸਿਰਜਣ ਲਈ, ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਤੁਹਾਡੀ ਬੜੀ ਵੱਡੀ ਜ਼ਿੰਮੇਵਾਰੀ ਹੈ। ਇਹਨਾਂ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਤੋਂ ਪ੍ਰੇਰਨਾ ਲਓ। ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ? ਵੱਧ ਤੋਂ ਵੱਧ ਤੁਸੀਂ ਟਿੱਪਣੀਆਂ ਕਰਨੀਆਂ ਨੇ, ਪ੍ਰਤੀਕਰਮ ਦੇਣੇ ਨੇ, ਅਤੇ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਨੂੰ, ਇਸੇ ਤਰ੍ਹਾਂ ਰੂਬਰੂ ਕਰਾਂਗੇ। ਚਲੰਤ ਮਾਮਲਿਆਂ ਬਾਰੇ, ਪਖਦੇ ਮਸਲਿਆਂ ਬਾਰੇ ਆਪਣੀ ਇਸੇ ਤਰ੍ਹਾਂ ਚਰਚਾ ਹੁੰਦੀ ਰਹੂਗੀ। ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ ਜੀ।